ਪੰਜਾਬ ਸਰਕਾਰ ਵੱਲੋਂ ਨਸ਼ੇੜੀਆਂ ਨੂੰ ਨਸ਼ੇ ਤੋਂ ਮੁਕਤ ਕਰਨ ਲਈ ਸਰਕਾਰੀ ਹਸਪਤਾਲਾਂ ਵਿੱਚ ਨਸ਼ੇੜੀਆਂ ਦੀ ਇੱਕ ਆਈਡੀ ਬਣਾ ਕੇ ਉਹਨਾਂ ਨੂੰ ਨਸ਼ਾ ਛੱਡਣ ਦੀ ਦਵਾਈ ਮੁਫਤ ਦਿੱਤੀ ਜਾਂਦੀ ਹੈ। ਪਰ ਗੁਰਦਾਸਪੁਰ ਵਿੱਚ ਨਸ਼ੇੜੀਆਂ ਨੂੰ ਉਹ ਦਵਾਈ ਨਾ ਮਿਲਣ ਕਾਰਨ ਨਸ਼ੇੜੀਆਂ ਨੇ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਨਸ਼ੇੜੀਆਂ ਨੇ ਡਾਕਟਰਾਂ ਤੇ ਆਰੋਪ ਲਗਾਏ ਕਿ ਡਾਕਟਰ ਉਹਨਾਂ ਨੂੰ ਜਾਣਬੁੱਝ ਕੇ ਨਸ਼ਾ ਛੱਡਣ ਦੀ ਦਵਾਈ ਨਹੀਂ ਦੇ ਰਹੇ ਅਤੇ ਉਹਨਾਂ ਨੂੰ ਆਪਣੇ ਪ੍ਰਾਈਵੇਟ ਕਲੀਨਿਕ ਤੇ ਆ ਕੇ ਦਵਾਈ ਖਰੀਦਣ ਲਈ ਕਹਿ ਰਹੇ ਨੇ। ਦੂਜੇ ਪਾਸੇ ਡਾਕਟਰਾਂ ਦਾ ਕਹਿਣਾ ਹੈ ਕਿ ਸਾਈਟ ਬੰਦ ਹੋਣ ਕਾਰਨ ਨਸ਼ੇੜੀਆਂ ਨੂੰ ਦਵਾਈ ਨਹੀਂ ਦਿੱਤੀ ਜਾ ਰਹੀ, ਪਰ ਹੁਣ ਸਾਈਟ ਸ਼ੁਰੂ ਹੋ ਗਈ ਹੈ ਤੇ ਦਵਾਈ ਦਿੱਤੀ ਜਾ ਰਹੀ ਹੈ। ਹਜ਼ਾਰ ਟੀਵੀ ਨਿਊਜ਼ ਦੇ ਲਈ ਗੁਰਦਾਸਪੁਰ ਤੋਂ ਰਜਪਾਲ ਸਿੰਘ ਦੀ ਰਿਪੋਰਟ। ਸਾਈਟ ਪੋਰਟਲ ਜਿਹੜਾ ਉਹ ਨਹੀਂ ਚੱਲਣ ਕਰਕੇ ਆਪਾਂ ਦਵਾਈ ਦੇਣ ਵਿੱਚ ਅਸਮਰੱਥ ਸੀਗੇ, ਜਿਹੜਾ ਹੁਣ ਚੱਲ ਪਿਆ ਅਤੇ ਆਪਾਂ ਦਵਾਈ ਦੇਣੀ ਸ਼ੁਰੂ ਕਰ ਦਿੱਤੀ ਹੈ। ਇੱਦਾਂ ਤਾਂ ਕਦੀ ਵੀ ਨਹੀਂ ਹੋਇਆ, ਇਹਦੇ ਲਈ ਸਾਨੂੰ ਆਫਲਾਈਨ ਜਿਹੜੀ ਡਿਸਪੈਂਸ ਕਰਨ ਦੀ ਪਰਮਿਸ਼ਨ ਕੁਛ ਪਿਛਲੀ ਵਾਰੀ ਮਿਲੀ ਸੀਗੀ। ਇਸ ਵਾਰੀ ਆਪਾਂ ਹਾਇਰ ਅਫੀਸ਼ੀਅਲ ਨੂੰ ਇੰਟੀਮੇਟ ਕਰਤਾ ਸੀਗਾ ਕਿ ਸਾਨੂੰ ਜੇ ਆਫਲਾਈਨ ਦੇਣ ਦੀ ਪਰਮਿਸ਼ਨ ਹੈਗੀ ਤਾਂ ਆਪਾਂ ਦੇਣੀ ਸ਼ੁਰੂ ਕਰ ਦੇਣੀ, ਬਟ ਇਨ ਦਾ ਮੇਨ ਟਾਈਮ ਉਹ ਪ੍ਰੋਸੈਸ ਦੇ ਵਿੱਚ ਹੀ ਸਾਈਟ ਚੱਲ ਪਈ ਅਤੇ ਸਾਨੂੰ ਉਹ ਚੀਜ਼ ਦੀ ਲੋੜ ਨਹੀਂ ਪਈ ਅਤੇ ਆਪਾਂ ਹੁਣ ਆਨਲਾਈਨ ਹੀ ਸਾਰੀ ਦਵਾਈ ਦੇ ਰਹੇ ਹਾਂ। ਇੱਦਾਂ ਨਹੀਂ ਹੁੰਦਾ, ਇੱਕੋ ਦਿੱਤੀ ਜਾ ਰਹੀ ਹੈ, ਜਿੰਨੀਆਂ ਉੱਥੇ ਹੁੰਦੀਆਂ ਉਨੀਆਂ ਹੀ ਡਿਸਪੈਂਸ ਕੀਤੀਆਂ ਜਾਂਦੀਆਂ। ਤੁਸੀਂ ਸਾਡਾ ਰਿਕਾਰਡ ਚੈੱਕ ਕਰ ਸਕਦੇ ਹੋ ਜੇ ਕਰਨਾ ਚਾਹੁੰਦੇ ਹੋ, ਜਿੰਨੀਆਂ ਕਿਸੇ ਦੀਆਂ ਪ੍ਰਿਸਕ੍ਰਾਈਬਡ ਹੈਗੀਆਂ ਉਹਨੂੰ ਉਨੀਆਂ ਹੀ ਗੋਲੀਆਂ ਦਿੱਤੀਆਂ ਜਾਂਦੀਆਂ, ਡਿਸਪੈਂਸਿੰਗ ਉਨੀ ਹੀ ਕੀਤੀ ਜਾਂਦੀ ਹੈ ਜਿੰਨੀ ਲਿਖੀ ਹੋਈ ਹੈ। ਹੁਣ ਠੀਕ ਚੱਲ ਰਿਹਾ, ਬਿਲਕੁਲ ਸਾਈਡ ਵੀ ਠੀਕ ਚੱਲ ਰਹੀ ਹੈ, ਪੇਸ਼ੈਂਟ ਨੂੰ ਦਵਾਈ ਵੀ ਮਿਲ ਰਹੀ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਬਾਹਰ ਜਾ ਕੇ। ਮੈਡੀਸਨ ਇਹ ਸਾਈਡ ਸਵੇਰ ਦੀ ਬੰਦ ਆ, ਕਹਿੰਦੇ ਕਿ ਚੰਡੀਗੜ੍ਹ ਤੋਂ ਸਾਈਡ ਬੰਦ ਆ, ਸਾਈਡ ਪਹਿਲਾਂ ਵੀ ਬੰਦ ਹੁੰਦੀ ਆ, ਇਹ ਨਹੀਂ ਕਿ ਪਹਿਲੀ ਵਾਰੀ ਬੰਦ ਹੋਈ ਆ, ਮੰਨਿਆ ਸਾਈਡ ਬੰਦ ਆ, ਪਹਿਲਾਂ ਵੀ ਬੰਦ ਹੁੰਦੀ ਆ। ਜਦ ਪਹਿਲਾਂ ਬੰਦ ਹੁੰਦੀ ਸੀ ਰਜਿਸਟਰ 'ਤੇ ਲਿਖ ਕੇ ਮੈਡੀਸਨ ਸਭ ਨੂੰ ਦਿੱਤੀ ਦਿੰਦੀ ਸੀ, ਪਰ ਅੱਜ ਡਾਕਟਰ ਸਾਹਿਬ ਕਹਿੰਦੇ ਕਿ ਮੇਰੀ ਮਰਜ਼ੀ, ਦਵਾਂ ਨਾ ਦਵਾਂ, ਮੇਰੀ ਹੱਕ ਆ, ਜੋ ਕਰਨਾ ਮੈਂ ਕਰਨਾ, ਮਰਜ਼ੀ ਮੈਂ ਦਵਾਈ ਨਹੀਂ ਦੇਣੀ। ਰੀਜ਼ਨ ਕੀ ਆ, ਕਿਉਂ ਨਹੀਂ ਦੇਣੀ? ਸਾਈਡ ਬੰਦ ਆ, ਮਰਲੇ ਸਾਈਡ ਬੰਦ ਆ, ਤੁਹਾਡਾ ਕੋਈ ਕਸੂਰ ਨਹੀਂ ਹੈਗਾ। ਜਿਸ ਤਰ੍ਹਾਂ ਪਹਿਲਾਂ ਤੁਸੀਂ ਲਿਖ ਕੇ ਦਿੰਦੇ ਸੀ ਰਜਿਸਟਰ 'ਤੇ, ਉੱਦਾਂ ਦੇਵੋ। ਬਾਅਦ 'ਚ ਕਹਿੰਦੇ ਕਿ ਜੇ ਕਿਸੇ ਨੂੰ ਗੋਲੀ ਵੱਧ ਚੱਲ ਗਈ, ਕਿਸੇ ਨੂੰ ਗੋਲੀ ਘੱਟ ਚੱਲ ਗਈ, ਉਹ ਜ਼ਿੰਮੇਵਾਰ ਆ। ਇਹ ਵੀ ਆਪਾਂ ਉਹਨਾਂ ਦੀ ਗੱਲ ਮੰਨ ਲਈ ਕਿ ਠੀਕ ਹੈ ਜੀ, ਕੌਣ ਜ਼ਿੰਮੇਵਾਰ ਆ, ਪਰ ਕੋਈ ਆਈਡੀ ਦਵਾਈ, ਆਈਡੀ ਬਣਾਓ, ਆਈਡੀ ਬਣਾਓ। ਹਰ ਬੰਦੇ ਦੀ ਆਈਡੀ 'ਤੇ ਲਿਖਿਆ ਪਿਆ ਆ ਕਿ ਕਿੰਨੀਆਂ ਗੋਲੀਆਂ ਆ, ਅਤੇ ਕਿੱਦਾਂ ਗੋਲੀ, ਕਿੱਦਾਂ ਗੋਲੀ ਘੱਟ ਚੱਲ ਜੂ ਅਤੇ ਕਿੱਦਾਂ ਗੋਲੀ ਵੱਧ ਚੱਲ ਜੂ, ਹੈਨਾ? ਤਿੰਨ ਗੋਲੀਆਂ ਲਿਖਿਆ ਪਿਆ ਤਾਂ ਤਿੰਨ ਹੀ ਦੇਣੀਆਂ ਨਾ ਇੱਕ ਜਣੇ ਨੂੰ, ਜੇ ਜੇ ਕਹਿੰਦੇ ਦੋ ਆ, ਕਹਿੰਦੇ ਤਿੰਨ ਆ, ਤਿੰਨ ਹੀ ਦੇਣੀਆਂ ਨਾ, ਚੌਥੀ ਤਾਂ ਨਹੀਂ ਦੇਣੀ, ਤੇ ਫਿਰ ਗੋਲੀਆਂ ਕਿੱਦਾਂ ਘੜ ਜਾਣਗੀਆਂ? ਡਾਕਟਰ ਸਾਨੂੰ ਕਹਿੰਦੇ ਵੀ ਸਰਕਾਰ ਨੇ ਸਾਈਡ ਬੰਦ ਕੀਤੀ, ਵਟ ਇਜ ਦਿਸ ਸਾਈਡ ਬੰਦ? ਜੇ ਕੈਪਟਨ ਨੇ ਸਾਈਡ ਸ਼ੁਰੂ ਕੀਤੀ ਆ ਤਾਂ ਬੰਦ ਕਿਹੜਾ ਕੌਣ ਕਰਦਾ? ਮੂੰਹ ਚ ਗਾਲ ਨਿਕਲ ਗਈ, ਕੌਣ ਕਰਦਾ? ਕੈਪਟਨ ਸਾਹਿਬ ਚਾਹੁੰਦੇ ਨੇ ਵੀ ਨਸ਼ਾ ਮੁਕਤ ਹੋ ਜਾਏ, ਪਰ ਇੱਥੇ ਇਹ ਚਾਹੁੰਦੇ ਨੇ ਵੀ ਇੱਥੋਂ ਦੀਆਂ ਗੋਲੀਆਂ ਨਾ ਖਾਣ, ਪ੍ਰਾਈਵੇਟ ਘਰ ਆ ਕੇ ਮਿਲਣ। ਕਿਸੇ ਕੋਲ 4500 ਰੁਪਈਆ ਹੈਗਾ, ਕਿਸੇ ਕੋਲ 5000 ਹੈਗਾ, ਉਹ ਤਾਂ ਚੱਲ ਜੂ, ਅਤੇ ਮੇਰਾ ਕਹਿੰਦਾ ਦਿਹਾੜੀ ਦੱਬਾ ਲਾਉਂਦਾ ਵੀ ਉਹਨੇ ਕਿੱਥੇ ਜਾਣਾ? ਅਜੇ ਬਾਬੇ ਨਾਨਕ ਦੀ ਬੜੀ ਕਿਰਪਾ, ਪਰ ਮੈਂ ਨਹੀਂ ਦਵਾਈ ਲੈ ਸਕਦਾ, ਕੋਈ ਲੈ ਜੇ ਤਾਂ ਲੈ ਜੇ। ਚਮਕਪ੍ਰੀਤ ਮੁੰਡਾ ਵਾ, 35 ਤੋਂ ਲਾਇਆ ਉੱਤੋਂ ਚੜ੍ਹ ਕੇ ਮੈਂ, ਜੇ ਤੁਸੀਂ 10 ਮਿੰਟ ਕੀਤੇ ਆਉਂਦੇ ਤਾਂ ਤੁਹਾਨੂੰ ਡਾਂਸ ਵਿਖਾਉਣਾ ਸੀ ਉੱਤੇ, ਕਿੱਦਾਂ ਲਮਕਿਆ ਅਤੇ ਕਿੱਦਾਂ ਉਹਦੀ ਮੈਂ ਬਾਂਹ ਫੜੀ, ਬੋਲਦੇ ਨਹੀਂ ਫੜੀ ਕਿ ਨਹੀਂ ਫੜੀ? ਜੇ ਗੋਲੀਆਂ ਘੱਟ ਦਿੰਦੇ ਆ, ਘੱਟ ਦਿੰਦੇ ਆ ਤਾਂ ਸਾਡੀ ਆਈ ਡੀ ਲੈਣ, ਕੰਪਿਊਟਰ 'ਚ ਪਾਉਣ, ਕੰਪਿਊਟਰ 'ਚ ਸਾਡੀ ਗੋਲੀ ਘੱਟ ਕਰਨ, ਤੁਹਾਨੂੰ ਪਤਾ ਲੱਗੇ ਸਰਕਾਰ ਯਾਰ ਇਹ ਕੀ ਮਤਲਬ ਵੀ ਆਇਆ ਕੰਪਿਊਟਰ 'ਚ ਵੀ ਘੱਟਦੀ ਗੋਲੀ ਵੀ ਘੱਟ ਵਾ, ਜੇ ਦਵਾਈ ਘੱਟ ਵਾ, ਜੇ ਦਵਾਈ ਘੱਟ ਆ ਤਾਂ ਜਿੰਨੇ ਚੀਜ਼ ਆਉਂਦੇ ਉਹਨਾਂ ਨੂੰ ਪੂਰੀ ਦਿਓ, ਬਾਕੀਆਂ ਨੂੰ ਮੋੜ ਦਿਓ ਪਿਆ। ਅਮਲੀ ਡਿਪਾਰਟਮੈਂਟ ਇਹ ਜਿੰਨੇ ਆ ਸਾਰੇ ਵੀਰ ਮੇਰੇ ਅਮਲੀ ਆ, ਮੈਂ ਵੀ ਅਮਲੀ ਆ ਜੀ, ਠੀਕ ਹੈ ਜੀ? ਨਾ ਤਾਂ ਸਾਲੀ ਸਾਡੀ ਘਰ ਇੱਜ਼ਤ, ਨਾ ਬਾਹਰ ਇੱਜ਼ਤ, ਨਾ ਥਾਣੇ ਕਚਹਿਰੀ 'ਚ ਇੱਜ਼ਤ, ਨਾ ਹੋਸਪਿਟਲਾਂ 'ਚ, ਚੁੱਪ ਕਰਦੇ ਯਾਰ, ਠੀਕ ਹੈ ਜੀ? ਜੇ ਕੈਪਟਨ ਸਾਹਿਬ ਸਾਨੂੰ ਇੱਜ਼ਤਦਾਰ ਬਣਾਉਣ ਲੱਗੇ ਨੇ
ਕੈਪਟਨ ਸਾਹਿਬ ਜੇ ਸਾਨੂੰ ਇੱਜ਼ਤਦਾਰ ਬਣਾਉਣ ਲੱਗੇ ਨੇ, ਦਵਾਈ ਫਰੀ ਦੇ ਕੇ ਸਾਨੂੰ ਅਮਲੀਆਂ ਤੋਂ ਬੰਦੇ ਬਣਾਉਣ ਲੱਗੇ